ਡੋਗਰ ਮੋਟਰ ਤੋਂ ਅੱਜ ਸਾਡੇ ਬੜੇ ਪਿਆਰੇ ਭਾਈ ਨੇ ਜਨਾਬ ਓਵਰਸੀਜ਼ ਨੇ ਆਏ ਨੇ ਮੇਰੇ ਕੋਲ ਮਾਸ਼ਾਅੱਲਾ ਨਾਰੋਵਾਲ ਤੋਂ ਸ਼ੱਕਰਗੜ੍ਹ ਤੋਂ ਔਰ ਇਹਨਾਂ ਨੇ ਇੱਕ ਗੱਲ ਕੀਤੀ ਹੈ ਅਤੇ ਮੈਨੂੰ ਗੱਲ ਨਾ ਬੜੀ ਆਪਣਾ ਬੜੀ ਅੱਛੀ ਲੱਗੀ ਹੈ ਔਰ ਕੋਈ ਗੱਲ ਹੋਵੇ ਨਾ ਕੋਈ ਖਾਮੀ ਹੋਵੇ ਜਾਂ ਖੂਬੀ ਹੋਵੇ ਉਹ ਦੱਸਣੀ ਚਾਹੀਦੀ ਭਾਈਆਂ ਨੂੰ ਤਾਂ ਕਿ ਉਹ ਬੰਦਾ ਖਾਮੀ ਆਪਣੀ ਦੂਰ ਕਰੇ ਅਤੇ ਜੇ ਕੋਈ ਖੂਬੀ ਹੋਵੇ ਤਾਂ ਉਹ ਵੀ ਦੱਸਣੀ ਚਾਹੀਦੀ ਹੈ ਬੰਦਾ ਐਪਰੀਸ਼ੀਏਟ ਕਰਦਾ ਅਗਲੇ ਬੰਦੇ ਨੂੰ ਹੋਰ ਹੁੰਦਾ ਹੋਰ ਦਿਲ ਖੁੱਲ੍ਹਾ ਹੁੰਦਾ ਹੋਰ ਦਿਲ ਵੱਡਾ ਹੁੰਦਾ ਬੰਦਾ ਦਾ ਯਾਰ ਬੜੀ ਗੱਲ ਹੈ ਕਿ ਇੱਕ ਇਲਾਕੇ ਗੈਰ ਦੇ ਵਿੱਚ ਵੀ ਸਾਡਾ ਜ਼ਿਕਰ ਹੁੰਦਾ ਔਰ ਸਾਡੇ ਭਾਈ ਨੇ ਮੈਨੂੰ ਕਹਿੰਦੇ ਡੋਗਰ ਸਾਹਿਬ ਮਾਸ਼ਾਅੱਲਾ ਬਾਹਰ ਧੁੰਮਾਂ ਨੇ ਤੁਹਾਡੀਆਂ ਬਾਹਰਲੇ ਮੁਲਕਾਂ ਦੇ ਵਿੱਚ ਓਵਰਸੀ ਬਹੁਤ ਤੁਹਾਨੂੰ ਪਸੰਦ ਕਰਦੇ ਨੇ ਮੈਂ ਵੀ ਬਾਹਰੋਂ ਆਇਆ ਔਰ ਮੈਂ ਕੱਲ੍ਹ ਦਾ ਲਾਂਗੇ ਗੱਡੀ ਦਾ ਬਿਆਨਾ ਕਲਾਇਆ ਹੋਇਆ ਲੇਕਿਨ ਮੈਂ ਕਿਹਾ ਵੀ ਗੱਡੀ ਮੈਂ ਫਿਰ ਵੀ ਨਾ ਡੋਗਰ ਮੋਟਰ ਤੋਂ ਬਗੈਰ ਨਹੀਂ ਲੈਣੀ ਚਲੋ ਜੀ ਉੱਥੇ ਕਟੌਤੀ ਹੋਈ ਤਾਂ ਬਿਆਨਾ ਵੀ ਜਾਂਦਾ ਕਰਾਂਗੇ ਗੱਡੀ ਡੋਗਰ ਮੋਟਰ ਤੋਂ ਲੈਣੀ ਹੈ ਅਤੇ ਗੱਲ ਕਰਨ ਦਾ ਮਕਸਦ ਹੈ ਕਿ ਵਿੱਚੋਂ ਇਹਨਾਂ ਨੇ ਇੱਕ ਹੋਰ ਗੱਲ ਕਰ ਦਿੱਤੀ ਜਿਹਦੀ ਵਜ੍ਹਾ ਤੋਂ ਮੈਂ ਵੀਡੀਓ ਬਣਾਈ ਹੈ ਕਿ ਆਉਂਦੇ ਇੱਕ ਰਸਤੇ ਜਦੋਂ ਨਾਰੋਵਾਲ ਆਉਣ ਡੇ ਸਾਨੂੰ ਰਾਹ 'ਚ ਇੱਕ ਨਾਰੰਗ ਮੰਡੀ ਦੇ ਕੋਲ ਅਸੀਂ ਨਾ ਇੱਕ ਗੱਡੀ ਵੇਖਣੀ ਸੀ ਉਹ ਗੱਡੀ ਟੈਕਸੀ ਸਟੈਂਡ 'ਤੇ ਖੜ੍ਹੀ ਸੀ ਅਤੇ ਅਸੀਂ ਵੇਖੀ ਅਤੇ ਸਾਨੂੰ ਪਸੰਦ ਨਾ ਆਈ ਅਤੇ ਅਸੀਂ ਅੱਗੇ ਯਾਰ ਅਸੀਂ ਹੁਣ ਲਾਹੌਰ ਚੱਲੇ ਹਾਂ ਆਉਂਦਾ ਤੁਸੀਂ ਡੋਗਰ ਮੋਟਰ 'ਤੇ ਚੱਲੇ ਹੋਵੋਗੇ ਉਹ ਬੰਦਾ ਕਹਿੰਦਾ ਡੋਗਰ ਮੋਟਰ 'ਤੇ ਚੱਲੇ ਹੋਵੋਗੇ ਆਉਂਦਾ ਆਉਂਦਾ ਯਾਰ ਪਤਾ ਨਹੀਂ ਕੀ ਗੱਲ ਹੈ ਹਰ ਬੰਦਾ ਡੋਗਰ ਮੋਟਰ 'ਤੇ ਜਾ ਰਿਹਾ ਜਿਹਨੂੰ ਪੁੱਛ ਲਓ ਉਹ ਵੀ ਡੋਗਰ ਮੋਟਰ 'ਤੇ ਜਾ ਰਿਹਾ ਇਹਨਾਂ ਨੇ ਗੱਲ ਕਰਕੇ ਤਾਂ ਸਾਡਾ ਸੀਨਾ ਹੋਰ ਚੌੜਾ ਹੋਇਆ ਇਹ ਗੱਲ ਕਰਨੀ ਵੀ ਚਾਹੀਦੀ ਹੈ ਅਗਰ ਕੋਈ ਤੁਹਾਡੇ 'ਚ ਖੂਬੀ ਹੈਗੀ ਹੈ ਤਾਂ ਉਹ ਦੱਸੋ ਉਹਨੇ ਹੋਰ ਖੁਸ਼ੀ ਹੁੰਦੀ ਹੈ ਬੰਦਾ ਹੋਰ ਅੱਛਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਔਰ ਮੇਰੇ 'ਚ ਕੋਈ ਹੋਰ ਖੂਬੀ ਨਹੀਂ ਹੈਗੀ ਸਿਰਫ ਇਹ ਹੀ ਹੈ ਕਿ ਮੈਂ ਇੱਕ ਤਾਂ ਲੰਗਰ ਚਲਾਉਂਦਾ ਔਰ ਜਿਹੜੇ ਘਰਾਂ ਦੇ ਲੰਗਰ ਆਬਾਦ ਨੇ ਉੱਥੇ ਰਿਜ਼ਕ ਦੀ ਕਮੀ ਨਹੀਂ ਆ ਸਕਦੀ ਆਪਣੇ ਘਰਾਂ ਦੇ ਸਾਰੇ ਮੁਸਲਮਾਨ ਭਾਈ ਆਪਣੇ ਲੰਗਰ ਆਬਾਦ ਕਰੋ ਲੰਗਰ ਆਬਾਦ ਕਰੋਗੇ ਅਤੇ ਅੱਲਾ ਰਿਜ਼ਕ ਦੀ ਕਮੀ ਆਉਣ ਹੀ ਨਹੀਂ ਦਿੰਦਾ ਵੇਖੋ ਅੱਲਾ ਨੂੰ ਵੀ ਪਤਾ ਹੈ ਕਿ ਇਸ ਬੰਦੇ ਨੂੰ ਮੈਂ ਦੇਣਾ ਨਹੀਂ ਇੱਕ ਦਿੱਤੇ 'ਚੋਂ ਦੇਣਾ ਨਾ ਜੇ ਅੱਲਾ ਨੇ ਦੇਣਾ ਤਾਂ ਮੈਂ ਕਿੱਥੋਂ ਲੋਕਾਂ ਨੂੰ ਲੰਗਰ ਖਵਾਉਣਾ ਜੇ ਮੈਂ ਲੋਕਾਂ ਨੂੰ ਖਵਾਉਣਾ ਤਾਂ ਲੈਣੋਂ ਤਾਂ ਰੱਬ ਦਿੰਦਾ ਮੈਂ 100 ਲਾਉਣਾ ਤਾਂ ਮੈਨੂੰ 200 ਲੱਭਦਾ ਮੈਂ ਕਾਰੋਬਾਰ ਕਰਨਾ ਆਪਣੇ ਸੋਹਣੇ ਦੀ ਦਾਤ ਦੇ ਨਾਲ ਬਸ ਮੈਂ ਅਗਲੇ ਦਿਨ ਦੀ ਗੱਲ ਇਹ ਕਿ ਉੱਥੇ ਬਾਹਰ ਬੋਤਾ ਸਾਂ ਗੇਟ 'ਤੇ ਮਜ਼ਦੂਰ ਨੇ ਇੱਥੇ ਕੰਮ ਕੁੰਮ ਕਰਦੇ ਨੇ ਅਤੇ ਮੈਂ ਉਹਨਾਂ ਨੂੰ ਉੱਥੇ 12,000 ਰੁਪਈਆ ਦਿੱਤਾ 12,000 ਰੁਪਈਆ ਉੱਥੇ ਵੰਡਿਆ ਅਤੇ ਉਹ ਸਾਰੇ ਇਕੱਠੇ ਹੋ ਗਏ ਅਤੇ ਸਾਰਿਆਂ ਨੂੰ ਮੈਂ ਨਾ 1,000 ਦਿੱਤਾ ਅਤੇ ਉੱਧਰੋਂ ਇੱਕ ਬੰਦਾ ਮੈਨੂੰ ਵੇਖ ਰਿਹਾ ਸੀ ਦਿੰਦੇ ਨੂੰ ਇਹ ਗੱਲ ਨਹੀਂ ਮੇਰੀ ਕਰਨੀ ਚਾਹੀਦੀ ਲੇਕਿਨ ਇਹ ਗੱਲ 'ਚੋਂ ਗੱਲ ਨਿਕਲ ਆਈ ਹੈ ਮੈਂ ਇਹ ਤਬਲੀਗ ਕਰ ਰਿਹਾ ਅਸਲ ਵਿੱਚ ਮੈਂ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਵੀ ਕਰੋ ਮੈਨੂੰ ਇਸ ਚੀਜ਼ ਤੋਂ ਅੱਲਾ ਨੇ ਇੱਜ਼ਤ ਦਿੱਤੀ ਹੈ ਔਰ ਇਸ ਵਜ੍ਹਾ ਤੋਂ ਮੈਨੂੰ ਇੰਨਾ ਮੈਂ ਫੇਮਸ ਹੋਇਆ ਇਸ ਵਜ੍ਹਾ ਤੋਂ ਸਾਰਾ ਕੁਝ ਨਿਜ਼ਾਮ ਮੇਰਾ ਚੱਲ ਰਿਹਾ ਕਿ ਮੈਂ ਅੱਲਾ ਦੀ ਰਾਹ 'ਤੇ ਦਿੰਦਾ ਅੱਲਾ ਦੀ ਰਾਹ 'ਤੇ ਦਿਓ ਜਿੰਨਾ ਦੇ ਸਕਦੇ ਹੋ ਹੁਣ ਹੋਇਆ ਕੀ ਹੈ ਕਿ ਮੈਂ ਉੱਥੇ 1,000 ਰੁਪਇਆ ਵਰਤਾਇਆ ਮੈਨੂੰ 12,000 ਰੁਪਈਆ ਦਿੱਤਾ ਅਤੇ ਬੰਦੇ ਮੇਰੇ ਲਵੇ ਛੱਡੇ ਸੀ ਉਹਨਾਂ ਨੇ ਮੈਨੂੰ ਪਤਾ ਕੀ ਕਿਹਾ ਮੈਂ ਕਿਹਾ ਉਹ ਆਪਸ ਵਿੱਚ ਗਲਾ ਗਰੇੜਿਆ ਦੇ ਵੇਖ ਲਾ ਇਹਨੂੰ ਅੱਲਾ ਤਾਂ ਹੀ ਦਿੰਦਾ ਵੀ ਇਹ ਅੱਲਾ ਦੀ ਰਾਹ 'ਤੇ ਦਿੰਦਾ ਆਉਂਦਾ ਜੇ ਉਹਨਾਂ ਨੇ ਬੰਦਿਆਂ ਨੇ ਕੀ ਕੀਤਾ ਰਾਤ 2:30 ਵਜੇ ਦਾ ਟਾਈਮ ਸੀ ਅਤੇ ਬਾਹਰ ਖਲੋ ਕੇ ਕਿਤੇ ਡੀਲ ਕਰਦੇ ਰਹੇ ਨੇ ਆਪਸ ਮੇ ਡੀਲ ਕਰ ਰਹੇ ਸਨ ਬਾਹਰਲੇ ਗੇਟ 'ਤੇ ਖਲੋ ਕੇ ਅਤੇ ਉਹ ਜਿਹੜੇ ਬੰਦੇ ਨੇ ਗੱਡੀ ਲੈਣੀ ਸੀ ਨਾ ਉਹਨੇ ਕਿਹਾ ਭਾਈ ਮੈਂ ਡੋਗਰ ਮੋਟਰ ਤੋਂ ਇਲਾਵਾ ਗੱਡੀ ਨਹੀਂ ਲੈਣੀ ਅਗਰ ਤੁਸੀਂ ਉੱਥੇ ਗੱਡੀ ਲਿਆ ਸਕਦੇ ਹੋ ਤਾਂ ਠੀਕ ਹੈ ਜੇ ਨਹੀਂ ਲਿਆ ਸਕਦੇ ਤਾਂ ਮੈਂ ਗੱਡੀ ਨਹੀਂ ਖਰੀਦਣੀ ਮੈਂ ਉੱਥੇ ਗੱਡੀ ਚੈੱਕ ਕਰਵਾਉਣੀ ਹੈ ਉੱਥੇ ਕਾਗਜ਼ ਚੈੱਕ ਕਰਵਾਉਣੇ ਨੇ ਉਹਨਾਂ ਨੇ ਗੱਡੀ ਚੈੱਕ ਕਰਾਉਣੀ ਹੈ ਕਿ ਗੱਡੀ ਸਹੀ ਹੈ ਵੱਜੀ ਵੱਜੀ ਤਾਂ ਨਹੀਂ ਹੈ ਮੇਰਾ ਉਹਦੇ 'ਤੇ ਕਮਾਲ ਹੈ ਨਾ ਉਹ ਮੈਨੂੰ ਜਾਣਦਾ ਸੀ ਅਤੇ ਨਾ ਮੈਨੂੰ ਉਹ ਜਾਣਦੇ ਸਨ ਮੈਂ ਦੋਵਾਂ ਪਾਰਟੀਆਂ ਨੂੰ ਸਨ ਜਾਣਦਾ ਕਹਿੰਦੇ ਕਿ ਅਸੀਂ ਸੋਚੀਏ
ਅਸੀਂ ਹੁਣ ਗੱਲਾਂ ਕਰਨ ਡੇ ਤਾਂ ਡੋਗਰ ਸਾਹਿਬ ਉਹਨਾਂ ਨੇ ਆਪਣੇ ਮੂੰਹ ਮੈਨੂੰ ਕਿਹਾ ਨਾ ਕਿ ਡੋਗਰ ਸਾਹਿਬ ਨੂੰ ਹਾਲਾਂਕਿ ਜਿਹੜੇ ਗੰਨੇ ਨੇ ਗੱਡੀ ਵੇਚਣੀ ਹੋਵੇ ਜਿਹੜਾ ਬੰਦਾ ਡਾਇਰੈਕਟ ਬੰਦੇ ਨੂੰ ਕਹਿ ਰਿਹਾ ਗੱਡੀ ਲੈ ਲਓ ਉਹ ਕਦੀ ਇਹ ਗੱਲ ਕਹਿੰਦਾ ਆ ਕਿ ਬੰਦੇ ਨੂੰ ਕਿ ਮੈਂ ਇਹਨੂੰ ਕਹਿੰਦਾ ਰਿਹਾ ਡਾਇਰੈਕਟ ਲੈ ਲਓ ਇਹਨੇ ਨਹੀਂ ਲਈ ਕਦੀ ਵੀ ਨਹੀਂ ਦੱਸਿਆ ਉਸ ਬੰਦੇ ਦੀ ਵੀ ਬੜੀ ਹਿੰਮਤ ਹੈ ਕਿ ਉਹਨੇ ਮੈਨੂੰ ਦੱਸਿਆ ਨਾ ਕਿ ਮੈਂ ਇਹਨੂੰ ਕਿਹਾ ਡਾਇਰੈਕਟ ਲੈ ਲਾ ਮੇਰੇ ਕੋਲੋਂ ਗੱਡੀ ਪਰ ਇਹਨੇ ਕਿਹਾ ਮੈਂ ਨਹੀਂ ਲੈਣੀ ਮੈਂ ਡੋਗਰ ਮੋੜ 'ਤੇ ਜਾ ਕੇ ਲੈਣੀ ਹੈ ਔਰ ਨਾ ਆਉਂਦੇ ਅਸੀਂ ਇੱਥੇ ਖਲੋਗੇ ਨਾ ਤੇਰੇ ਨੂੰ ਵੇਖਿਆ ਅਤੇ ਅਸੀਂ ਆਖਿਆ ਵੇਖ ਲਾ ਅੱਲਾ ਇਹਦੇ 'ਤੇ ਬੜਾ ਰਾਜ਼ੀ ਆ ਇਸ ਬੰਦੇ 'ਤੇ ਇਹ ਵੇਖ ਲਓ ਬਈ ਵੀਡੀਓ ਅਸੀਂ ਵੀ ਤੇਰੀਆਂ ਵੇਖਦੇ ਹਾਂ ਗੱਲ ਹੈ ਕਿ ਅਸੀਂ ਤਾਂ ਤੇਰੇ ਡੋਗਰ ਸਾਹਿਬ ਫੈਨ ਹਾਂ ਅਤੇ ਤੇਰੀ ਕਿਸਮਤ ਦੇ ਵਿੱਚ ਹੈ ਪੈਸੇ ਸਰ 25,000 ਰੁਪਇਆ ਮੇਰੇ 25,000 ਕਮਿਸ਼ਨ ਬਣਦੀ ਹੈ ਨਾ 13,000 ਵੇਚਣ ਵੱਲੋਂ ਲੈਣ ਵੱਲੋਂ ਅਤੇ 13,000 ਵੇਚਣ ਵੱਲੋਂ 12,000 ਰੁਪਇਆ 25,000 ਕਮਿਸ਼ਨ ਸੀ ਉਹ 25,000 ਮੈਨੂੰ ਆ ਗਿਆ ਅਤੇ ਬੜੇ ਖੁਸ਼ ਹੋਏ ਆਉਂਦੇ ਯਾਰ ਡੋਗਰ ਸਾਹਿਬ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਬਾਹਰੋਂ ਬਾਹਰ ਡੀਲ ਕਰ ਲਈਏ ਲੇਕਿਨ ਉਹ ਜਿਹੜਾ ਮੈਂ 12 ਦਿੱਤਾ ਸੀ ਉਹ 25 ਕਿਤੋਂ ਲੱਭਣਾ ਸੀ ਮੈਨੂੰ ਉਹ ਡਬਲ ਹੋ ਕੇ ਮਿਲਿਆ ਨਾ ਉਹ ਡਬਲ ਹੋ ਕੇ ਮਿਲਿਆ ਕਿ ਅਗਰ ਅੱਲਾ ਦੀ ਰਾਹ 'ਚ ਤੁਸੀਂ 100 ਲਾਉਂਦੇ ਹੋ ਤਾਂ ਤੁਹਾਨੂੰ 200-250 ਲੱਭਣਾ ਅੱਲਾ ਨਾਲ ਕਾਰੋਬਾਰ ਕਰੋ ਬੰਦਿਆਂ ਨਾਲ ਕਾਰੋਬਾਰ ਨਾ ਕਰੋ ਔਰ ਮੈਂ ਅੱਲਾ ਨਾਲ ਕਾਰੋਬਾਰ ਕਰਨਾ ਪਿਆ ਮੈਂ ਅੱਲਾ ਦੀ ਰਾਹ 'ਤੇ ਦੇਣਾ ਅਤੇ ਮੈਨੂੰ ਅੱਲਾ ਖੁੱਲ੍ਹੇ ਪੈਸੇ ਦਿੰਦਾ ਮੈਂ ਤਾਂ ਕਦੀ ਟੂਲ ਪਲਾਜ਼ਾ ਦੇਵਾਂ ਨਾ ਬਸ ਹੁਣ ਟੂਲ ਪਲਾਜ਼ੇ ਵਾਲੇ ਮੇਰੇ ਵਾਕ ਬਣ ਕੇ ਮੇਰੇ ਕੋਲ ਲੈਂਦੇ ਹੀ ਨਹੀਂ ਟੂਲ ਪਲਾਜ਼ਾ ਉਹ ਦੂਰੇ ਵੇਖ ਕੇ ਕਹਿੰਦੇ ਡੋਗਰ ਸਾਹਿਬ ਜਾਓ ਸਰ ਆ ਜੇ ਲਾ ਕੇ ਟੂਲ ਪਲਾਜ਼ੇ ਵਾਲੇ ਰਹਿੰਦਾ ਉਹ ਵਿਚਾਰੇ ਭਾਵੇਂ ਨੌਕਰੀ ਤੋਂ ਕੱਢ ਦੇਣਾ ਉਹਨਾਂ ਨੂੰ ਮੈਂ ਉੱਥੇ ਲੰਘ ਰਿਹਾ ਨਾ ਅਤੇ ਉਹ ਜਦੋਂ ਮੈਨੂੰ ਵੇਖਦੇ ਤਾਂ ਬਸ ਮੇਰੀ ਗੱਡੀ 'ਤੇ ਐਮ ਟੈਗ ਲੱਗਿਆ ਜੇ ਨਾ ਲੱਗਾ ਹੋਵੇ ਤਾਂ ਦੂਸਰੀ ਗੱਡੀ ਤੋਂ ਕਿਸੇ ਦੇ ਨਾਲ ਮੈਂ ਉੱਥੇ ਜਾ ਰਿਹਾ ਤਾਂ ਮੈਂ ਫਰੰਟ 'ਤੇ ਬੈਠਾ ਅਤੇ ਮੈਨੂੰ ਉਹਨੇ ਵੇਖਿਆ ਤਾਂ ਡੋਗਰ ਸਾਹਿਬ ਸਰਦਾਰ ਡੋਗਰ ਸਾਹਿਬ ਮੈਂ ਕਿਹਾ ਹਾਂਜੀ ਕਹਿੰਦਾ ਡੋਗਰ ਸਾਹਿਬ ਜਾਓ ਟੂਲ ਪਲਾਜ਼ੇ ਤੁਹਾਡਾ ਆਪਣਾ ਇਹ ਥੋੜ੍ਹੀ ਗੱਲ ਹੈ ਇਹ ਬੜੀ ਵੱਡੀ ਗੱਲ ਹੈ ਨਹੀਂ ਤਾਂ ਉਹਦੇ 25 ਰੁਪਈਏ ਮਾਫ਼ ਹੀ ਨਹੀਂ ਕਰਦੇ 50 ਰੁਪਈਏ ਕਿਸੇ ਬੰਦੇ ਨੂੰ ਜੋ ਮਰਜ਼ੀ ਹੋ ਜਾਵੇ ਇਹ ਅੱਲਾ ਤਾਲਾ ਦਾ ਖਾਸ ਕਰਮ ਹੈ ਉਹ ਕਰਮ ਇਸੇ ਪੀਏ ਕਿ ਮੈਂ ਅੱਲਾ ਨਾਲ ਕਾਰੋ ਅੱਲਾ ਨੂੰ ਪਸੰਦ ਹਾਂ ਅੱਲਾ ਤਾਲਾ ਨੂੰ ਔਰ ਅੱਲਾ ਤਾਲਾ ਦਾ ਮੈਂ ਮਹਿਮਾਨ ਬਣਨਾ ਹਰ ਮਹੀਨੇ 2 ਮਹੀਨਿਆਂ ਬਾਅਦ ਔਰ ਹੁਣ ਫਿਰ ਮੈਂ ਜਾ ਰਿਹਾ ਮਾਸ਼ਾ ਅੱਲਾ ਔਰ ਉੱਥੇ ਵੀ ਜਾਂਦਾ ਅਤੇ ਮੇਰੇ ਨਾਲ ਦੇ ਜਿਹੜੇ ਕਮਰੇ 'ਚ ਬੰਦੇ ਹੁੰਦੇ ਨੇ ਨਾ ਉਹ ਪਰੇਸ਼ਾਨ ਹੋ ਜਾਂਦੇ ਅਤੇ ਨਾਲ ਕੌਣ ਆਇਆ ਕਿ 4 ਜੀ ਆ ਰਹੇ ਨੇ 4 ਜਾ ਰਹੇ ਨੇ ਕਦੀ ਗੱਡੀ ਨਹੀਂ ਝੂਟੀ ਰੈਂਟ 'ਤੇ ਉੱਥੇ ਕਦੀ ਰੋਟੀ ਨਹੀਂ ਪੱਲੇ ਨੂੰ ਖਾਧੀ ਉੱਥੇ ਜਾ ਕੇ ਮੇਰੇ ਉਮਰਾਂ ਮੇਰੇ ਵੀਜ਼ਾ ਵੀ ਫ੍ਰੀ ਲੱਗ ਜਾਂਦੇ ਨੇ ਮੇਰੇ ਟਿਕਟ ਵੀ ਫ੍ਰੀ ਲੱਗ ਜਾਂਦੇ ਨੇ ਇਹ ਅੱਲਾ ਦਾ ਹੀ ਕਰਮ ਹੈ ਹੋਰ ਇਹ ਕੀ ਹੈ ਮੈਂ ਪੈਸੇ ਤਾਂ ਮੇਰੇ ਕੋਲ ਵੀ ਹੈਗੇ ਸਾਰਾ ਕੋਈ ਮੈਂ ਕਰ ਵੀ ਸਕਦਾ ਲੇਕਿਨ ਮੇਰਾ ਪੈਸਾ ਲੱਗਦਾ ਹੀ ਆਹ ਕੱਲ੍ਹ ਇੱਕ ਬੰਦਾ ਘੜੀ ਦੇ ਗਿਆ ਆਹ ਸੂਟ ਸਵਾ ਕੇ ਲਿਆਇਆ ਬੰਦਾ ਦਰਜ਼ੀ ਹੈ ਉਹਨੇ ਆਖਿਆ ਜੀ ਮੈਂ ਸੂਟ ਆਪਣਾ ਜਿਹੜਾ ਨਾ ਡੋਗਰ ਸਾਹਿਬ ਮੈਂ ਦਰਜ਼ੀ ਹਾਂ ਔਰ ਦਰਜ਼ੀਆਂ ਦਾ ਕੰਮ ਆਪ ਨੇ ਸਿਲਾਈ ਕਰਕੇ ਉਹਨੇ ਲਿਆ ਕੇ ਮੈਨੂੰ ਦਿੱਤਾ ਔਰ ਉਹਨੇ ਮੈਨੂੰ ਕੱਲ੍ਹ ਮੈਂ ਪਾਇਆ ਨਹੀਂ ਅਤੇ ਮੈਨੂੰ ਉਹਨੇ ਫੋਨ ਕੀਤਾ ਆਉਂਦਾ ਡੋਗਰ ਸਾਹਿਬ ਮੇਰਾ ਸੂਟ ਨਹੀਂ ਪਾਇਆ ਗੱਲ ਕਰਨ ਦਾ ਮਕਸਦ ਤਾਂ ਮੇਰਾ ਤਾਂ ਖਰਚਾ ਹੀ ਕੋਈ ਨਹੀਂ ਲੋਕ ਮੋਬਾਈਲ ਵੀ ਦੇ ਜਾਂਦੇ ਨੇ ਘੜੀਆਂ ਵੀ ਦੇ ਜਾਂਦੇ ਨੇ ਜੁੱਤੀਆਂ ਵੀ ਦੇ ਜਾਂਦੇ ਨੇ ਕੱਪੜੇ ਵੀ ਦੇ ਜਾਂਦੇ ਨੇ ਆਹ ਤਾਂ ਬੋਨਸ ਹੀ ਹੈ ਮੇਰਾ ਤਾਂ ਮੈਂ ਪਹਿਲਾਂ ਲੈ ਕੇ ਕੀ ਕਰਨੀ ਰੋਟੀ ਤਾਂ ਇੱਕ ਹੀ ਖਾਣੀ ਹੈ ਜਦੋਂ ਪੈਸੇ ਨਹੀਂ ਸਨ ਹੈਗੇ ਉਦੋਂ ਮੈਂ 3 ਰੋਟੀਆਂ ਖਾਂਦਾ ਸਾਂ ਅਤੇ ਹੁਣ ਪੈਸੇ ਆਏ ਤਾਂ ਤੁਹਾਡੇ 1 ਰੋਟੀ 'ਤੇ ਆ ਗਿਆ ਅਤੇ ਅੱਲਾ ਤਾਲਾ ਇਸ ਨਿਜ਼ਾਮ ਨੂੰ ਇੰਨੀ ਚਲਾਈ ਰੱਖਿਆ ਤਾਂ ਸਾਡੇ ਭਰਾ ਉੱਤੇ ਜਾਂਦੇ ਰਹਿਣ ਤੁਸੀਂ ਇਹਦੀ ਇਹਨਾਂ ਦੀ ਕਿਰਮਤ ਕਰਦੇ ਰਹੀਏ ਅਤੇ ਇਹ ਭਰਾਵਾਂ ਦੇ ਆਉਣ ਨਾਲ ਮੈਨੂੰ ਬੜੀ ਖੁਸ਼ੀ ਹੁੰਦੀ ਹੁਣ ਮੈਨੂੰ ਦੁੱਖ ਬੜਾ ਕਿ ਗੱਡੀ ਨਹੀਂ ਮੈਂ ਇਹਨਾਂ ਨੂੰ ਦੇ ਸਕਦਾ ਅੱਜ ਮੰਗਲ ਦਾ ਦਿਨ ਹੈ ਔਰ ਮੰਗਲ ਵਾਲੇ ਦਿਨ ਸਾਡੇ ਕੋਲ ਨਾ ਤਾਂ ਗੱਡੀਆਂ ਵੇਚਣ ਵਾਲੇ ਇੰਨੇ ਆਉਂਦੇ ਨੇ ਅਤੇ ਨਾ ਲੈਣ ਵਾਲੇ ਮੰਗਲ ਵਾਲਾ ਦਿਨ ਸਾਡਾ ਥੋੜ੍ਹਾ ਜਿਹਾ ਸਲੋਅ ਹੁੰਦਾ ਹੁਣ ਇਸ ਲਈ ਮੈਂ ਸਾਰਿਆਂ ਨੂੰ ਕਹਾਂਗਾ ਕਿ ਤੁਸੀਂ ਜਦੋਂ ਵੀ ਆਉਣਾ ਹੈ ਬੁੱਧ ਜੁਮਾ ਇਤਵਾਰ ਨੂੰ ਆਇਆ ਕਰੋ ਪੈਟਰੋਲ ਬੜਾ ਮਹਿੰਗਾ ਖਰਚਾ ਬਹੁਤ ਹੋ ਜਾਂਦਾ ਦੇਖੋ ਇੱਕ ਗੱਡੀ ਵਾਸਤੇ ਮੈਂ ਤਾਂ ਕਦੀ ਕਿਸੇ ਨੂੰ ਬੁਲਾਇਆ ਹੀ ਨਹੀਂ ਮੈਂ ਕਹਿੰਦਾ ਇੱਕ ਬੰਦਾ ਮੇਰਾ ਦੋਸਤ ਆਉਂਦਾ ਫੈਨ ਫਾਲੋਅਰ ਆਉਂਦਾ ਅਤੇ ਅੱਗੇ 10 ਗੱਡੀਆਂ ਕੰਮ ਕੰਮ ਕਰਾਉਂਦੀਆਂ ਹੋਣ ਇੱਕ ਨਾ ਪਸੰਦ ਆਵੇ ਦੂਜੀ ਆ ਜਾਵੇ ਦੂਜੀ ਨਾ ਪਸੰਦ ਆਵੇ ਤੀਜੀ ਆ ਜਾਵੇ ਇਸ ਲਈ ਕੋਸ਼ਿਸ਼ ਕਰਿਆ ਕਰੋ
ਡੋਗਰ ਮੋਟਰ ਤੇ ਅਗਰ ਆਣਾ ਤੁਸੀਂ ਗੱਡੀ ਲੈਣ ਵਾਸਤੇ ਤੇ ਬੁੱਧ ਤੇ ਜੁਮਾ ਤੇ ਇਤਵਾਰ ਨੂੰ ਆਉਣਾ, ਗੱਡੀ ਵੀ 1-1.5 ਲੱਖ ਸਸਤੀ ਹੋਏਗੀ, ਹੋਏਗੀ ਵੀ ਚੰਗੀ, ਔਰ ਗਰੰਟੀ ਦੇ ਨਾਲ ਦੇਗਾ 15 ਦਿਨ ਗੱਡੀ ਨਾ ਵਿਕੇ ਤੁਹਾਡੇ ਕੋਲੋਂ, ਨਾ ਤੁਹਾਨੂੰ ਮਜ਼ਦੂਰੀ ਲੱਭੇ ਵਾਪਸ ਲਿਆ ਕੇ ਮੇਰੇ ਪੈਸੇ ਲੈ, ਇਹ ਤੋਂ ਬਾਅਦ ਹੋਰ ਕੋਈ ਗਰੰਟੀ ਨਹੀਂ, ਤੁਹਾਡਾ ਨੁਕਸਾਨ ਨਹੀਂ ਮੈਂ ਹੋਣ ਦਿੰਦਾ, ਰੱਬ ਰੱਖ।